ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਤੋਂ ਫਰਸਟ ਟਾਪਿਕ ਦੇ ਵਿੱਚ ਆਪਾਂ ਕੀ ਕੀਤਾ ਸੀ ਕਿ ਵਾਟ ਇਜ਼ ਬੁੱਕ ਕੀਪਿੰਗ ਹੈ ਨਾ ਬੁੱਕ ਕੀਪਿੰਗ ਦਾ मीनिंग ਕੀ ਕਾ ਸੀ ਤੇ ਬੁੱਕ ਕੀਪਿੰਗ ਦੇ ਕੀ ਕੀ ਤੇ ਸੀ ਤੁਸੀਂ ਕੈਰੈਕਟੈਰਿਸਟਿਕਸ ਕੀਤੇ ਸੀ ਟੂਡੇ ਵੀ ਵਿਲ ਡੂ ਵਾਟ ਆਰ ਵਾਟ ਇਜ਼ ਦਾ ਪ੍ਰੋਸੈਸ ਆਫ ਬੁੱਕ ਕੀਪਿੰਗ ਪ੍ਰੋਸੈਸ ਦਾ ਮਤਲਬ ਇਹ ਹੁੰਦਾ ਹੈ ਕਿ ਜਿੱਦਾਂ ਹਰ ਇੱਕ ਚੀਜ਼ ਦਾ ਇੱਕ ਪ੍ਰੋਸੈਸ ਹੈ ਜਿੱਦਾਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿਖਾਵਾਂ ਇੱਕ ਚਾਹ ਬਣਾਉਣ ਦਾ ਪ੍ਰੋਸੈਸ ਹੁੰਦਾ ਹੈ ਸਬਜੀ ਬਣਾਉਣ ਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ ਚਾਹ ਬਣਾਉਣ ਦਾ ਪਹਿਲਾਂ ਇਹ ਪ੍ਰੋਸੈਸ ਹੁੰਦਾ ਹੈ ਕਿ ਪਹਿਲਾਂ ਤੁਸੀਂ ਪਾਣੀ ਪਾਉਂਦੇ ਹੋ ਹੈ ਨ ਚਾਪਤੀ ਪਾਉਂਦੇ ਜੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਜੇ ਤੁਸੀਂ ਖੰਡ ਪਹਿਲਾਂ ਪਾਣੀ ਆ ਜ ਉਹ ਤੁਹਾਡੀ ਮਰਜ਼ੀ ਹੈ ਫਿਰ ਉਸ ਤੋਂ ਬਾਅਦ ਦੁੱਧ that means processa ਇਹ ਨਹੀਂ ਕਿ ਤੁਸੀਂ ਪਹਿਲਾਂ ਦੁੱਧ ਪਾ ਲੋ ਤੇ ਬਾਅਦ ਚੋਂ ਪਾਣੀ ਇਦਾਂ ਹੀ ਅਕਾਊਂਟਸ ਦੇ ਵਿੱਚ ਇੱਕ process ਹੈ ਤੇ ਉਹ process ਤਾਂ ਨੂੰ ਸੀਰੀਅਲ ਵਾਈਜ਼ ਹੀ ਚੱਲਣਾ ਪਊਗਾ ਜੇ ਤੁਸੀਂ ਉਹ process ਚੋਂ ਇੱਕ ਵੀ ਨੰਬਰ ਸਕਿੱਪ ਕਰਦੇ ਹੋ ਜਿਹਦੇ ਤੁਹਾਡੀ ਅਕਾਊਂਟਿੰਗ ਪੋਸੀਬਲ ਨਹੀਂ ਹੋ ਸਕਦੀ ਠੀਕ ਹੈ ਸੋ ਫਸਟ ਆਫ ਆਲ ਪਹਿਲਾ ਸਟੈਪ ਕੀ ਹੈ ट्रांजैक्शन ਆਈਡੈਂਟੀਫਾਈ ਆਈਡੈਂਟਿਫਾਈ ट्रांजैक्शन ਆਈਡੈਂਟੀਫਾਈ ट्रांजैक्शन ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ट्रांजैक्शन ਕਿਹੜੀ ਹੁੰਦੀ ਕੋਈ ਵੀ ਐਂਟਰੀ ਜਿਹੜੀ ਤੁਸੀਂ ਲਿਖਦੇ ਜੋ ਕਿ ਤੁਸੀਂ ਇੰਨੇ ਦੇ ਸ਼ੂਜ਼ ਬਾਈ ਕੀਤੇ ਜਦੋਂ ਤੁਸੀਂ ਲਗਦਾ 100 ਰੁਪਏ ਦੇ ਸ਼ੂਜ਼ ਆ ਉਹਨੂੰ ਕਿੰਦਾ ਓਨਲੀ ਦੋ ट्रांजੈਕਸ਼ਨਸ ਆ ਟੂ ਬੀ ਰਿਕਾਰਡਡ ਵਿਚ ਕੈਨ ਬੀ ਐਕਸਪ੍ਰੈਸਡ ਇਨ ਟਰਮਸ ਆਫ ਮਨੀ ਐਂਡ ਹੈਵਿੰਗ ਅ ਡਾਕੂਮੈਂਟਰੀ ਐਵੀਡੈਂਸ ਕਹਿੰਦਾ ਕਿ ਸਿਰਫ ਉਹ ਵਾਲੀ ट्रांजੈਕਸ਼ਨਸ ਲਿਖਣੀ ਆ ਮੈਂ ਉਹ ਵਾਲੀਆਂ ਐਂਟਰੀਆਂ ਲਿਖਣੀ ਆ ਜਿੰਨਾ ਜਿਹੜੀਆਂ ਕਾਦੇ ਵਿੱਚ ਐਕਸਪ੍ਰੈਸ ਹੋ ਸਕਣ ਮਨੀ ਦੇ ਵਿੱਚ ਪੈਸੇ ਵਾਲੀਆਂ ਚੀਜ਼ਾਂ ਨੂੰ ਹੀ ਲਿਖਣਾ ਮੈਂ ਵਿਦਾਊਟ ਪੈਸੇ ਵਾਲੀਆਂ ਚੀਜ਼ਾਂ ਨੂੰ ਨਹੀਂ ਲਿਖਣਾ ਸੋ ਪਹਿਲੀ ਚੀਜ਼ ਤਾਂ ਤੁਸੀਂ ਇਹ ਫਾਈਂਡ ਆਊਟ ਕਰਨੀ ਆ ਕਿ ਵੀ ਚੀਜ਼ ਦੇ ਉੱਤੇ ਜਿਹੜੀ ਵੀ ਕੋਈ ਐਂਟਰੀ ਲਿਖਣੀ ਉਹ ਪੈਸੇ ਨਾਲ ਰਿਲੇਟਡ ਆ ਕਿ ਨਹੀਂ ਫੋਰ ਐਗਜ਼ਾਮਪਲ ਜਿੱਦਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਵਾ ਕਿ ਮ ਠੀਕ ਹੈ ਤੇ ਮੈਂ ਉਸ ਤੋਂ ਬਾਅਦ ਦੂਜੀ ਗੱਲ ਤੇ ਇਹ bizness ਨੇ ਫॉर ਐਗਜ਼ਾਮਪਲ ਸੌਰੀ ਇਹ ਐਗਜ਼ਾਮਪਲ ਲਓਗੇ ਜਿਹਦਾ bizness ਨੇ 1 ਲੱਖ ਰੁਪਏ ਦਾ ਸਾਮਾਨ ਖਰੀਦਦਾ ਠੀਕ ਹੈ ਤੇ ਉਹਨਾਂ ਨੇ ਲਿਖਤਾ ਕਿ 1 ਲੱਖ ਰੁਪਏ ਦੇ ਸ਼ੂਜ਼ 12 ਉਹ ਖਰੀਦਦੇ ਨੇ ਕੰਪਨੀ ਨੇ ਠੀਕ ਹੈ ਨਾਲ ਉਹਨਾਂ ਨੇ ਪਤਾ 10000 ਮੈਨੇਜਰ ਨੂੰ ਦਿੱਤਾ ਹਾਨਸਟੀ ਦਾ ਠੀਕ ਹੈ ਹੌਨੈਸਟੀ ਦਾ ਦਿੱਤਾ ਹੈ ਠੀਕ ਹੈ 10000 ਰੁਪਿਆ ਕਾ ਦਿੱਤਾ ਨੂੰ ਹੌਨੈਸਟੀ ਦਾ ਹੌਨੈਸਟੀ ਦਾ ਆਪਾਂ ਲਿਖਾਂਗੇ ਲਿਖਾਂਗੇ ਕਿਉਂਕਿ ਕਾਦ ਨਾਲ ਰਿਲੇਟਡ ਹੈ ਮਨੀ ਦੇ ਨਾਲ ਜਿਹੜੀ ਚੀਜ਼ ਪੈਸੇ ਦੇ ਨਾਲ ਰਿਲੇਟਡ ਹੈ ਉਹ ਤੁਸੀਂ ਲਿਖੋਗੇ ਬਟ ਜੇ ਆਪਾਂ ਇਹ ਕਹੀਏ ਕਿ ਮੇਰਾ EMPLOYE ਇਮਾਨਦਾਰ ਬੜਾ ਹੀ ਈਮਾਨਦਾਰ ਬੜਾ ਹੀ ਤੇ ਉਹਦੇ ਨਾਲ ਮੈਨੂੰ ਪ੍ਰੋਫਿਟ ਹੋਇਆ ਇਹ ਨਹੀਂ ਆਪਾਂ ਲਿਖਾਂਗੇ ਕਿਉਂਕਿ ਕਿਉਂਕਿ ਉਹ ਪੈਸੇ ਦੀ ਫਾਰਮ 'ਚ ਨਹੀਂ ਆ ਜੇ ਹੌਨੈਸਟੀ ਤੁਸੀਂ ਪੈਸੇ ਦੀ ਫਾਰਮ 'ਚ ਲਿਖੰਦਾ ਜੋ ਠੀਕ ਹੈ ਨਾ ਫਿਰ ਉਹਨੂੰ 10000 ਰੁਪਏ ਉਹਦੀ ਹੌਨੈਸਟੀ ਦਾ ਫਿਰ ਹੀ ਉਹ ਚੀਜ਼ ਫਿਰ ਹੀ ਉਹਨੂੰ ਤੇ ਅਕਾਊਂਟਸ 'ਚ ਲਿਖ ਸਕਦੇ ਉਦਾਂ ਨਹੀਂ ਲਿਖ ਸਕਦੇ ਇਹਦੇ ਵਿੱਚ ਫਰਸਟ ਆਫ ਆਲ ਇਹ ਪ੍ਰੋਸੈਸ ਆ ਪਹਿਲਾਂ ਇਹ ਵੇਖਣਾ ਕਿ ਜਿਹੜੀ ਚੀਜ਼ ਪੈਸੇ ਨਾਲ ਰਿਲੇਟਡ ਆ ਉਹਨੂੰ ਹੀ ਲਿਖਣਾ ਉਤੋਂ ਬਿਨਾਂ ਦੂਜੀਆਂ ਚੀਜ਼ਾਂ ਨੂੰ ਨਹੀਂ ਲਿਖਣਾ ਸੈਕੰਡ ਕੀ ਆਪ ਰਿਕਾਰਡਿੰਗ ਟ੍ਰਾਂਜੈਕਸ਼ਨਸ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਾ ਕਿ ਜਿਹੜੀ ਇਹ ਚੀਜ਼ ਆ ਪੈਸੇ ਨਾਲ ਰਿਲੇਟਡ ਉਸ ਤੋਂ ਬਾਅਦ ਉਹਨੂੰ ਕੀ ਕਰਨਾ ਰਿਕਾਰਡ ਕਰਨਾ ਰਿਕਾਰਡ ਕਾਦੇ ਉੱਤੇ ਕਰੋਗੇ ਰਜਿਸਟਰਸ ਉੱਤੇ ਤੇ ਰਜਿਸਟਰਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਹੜੇ ਕਿਹੜੇ ਰਜਿਸਟਰਸ ਹੋਦੇ ਜਰਨਲ ਤੇ ਸਬਸਿਡਰੀ ਬੁੱਕਸ ਜਰਨਲ ਦੇ ਵਿੱਚ ਕਰੋਗੇ ਮੈਂ ਤੁਹਾਨੂੰ ਪਹਿਲਾਂ ਕਿਹਾ ਵਾ ਕਿ ਜਰਨਲ ਦਾ ਇੱਕ ਰਜਿਸਟਰ ਹੁੰਦਾ ਵਾ ਉਹ ਆਪਾਂ ਅੱਗੇ ਦੋ ਤਿੰਨ ਚੈਪਟਰਸ ਤੋਂ ਬਾਅਦ ਪੜਾਂਗੇ ਜਰਨਲ ਕੀ ਹੁੰਦਾ ਸਬਸਿਡਰੀ ਬੁੱਕ ਦੇ ਵਿੱਚ ਆਉਂਦੀਆਂ ਕਿਹੜੀਆਂ-ਕਿਹੜੀਆਂ ਬੁੱਕਸ ਕੈਸ਼ ਬੁੱਕ ਪਰਚੇਸ ਬੁੱਕ ਸੇਲਸ ਬੁੱਕ ਪਰਚੇਸ ਰਿਟਰਨ ਬੁੱਕ ਸੇਲਸ ਰਿਟਰਨ ਬੁੱਕ ਬਿਲਸ ਰਿਸੀਵੇਬਲ ਬੁੱਕ ਬਿਲਸ ਪੇਬਲ ਬੁੱਕ ਜਰਨਲ ਪ੍ਰੋਪਰ ਐਸ ਪਰ ਦਾ ਸਾਈਜ਼ ਆਫ ਦਾ ਬਿਜ਼ਨਸ ਬੱਚੇ ਕੈਸ਼ ਬੁੱਕ ਦਾ ਮਤਲਬ ਇਹ ਹੁੰਦਾ ਹੈ ਦੇਖੋ ਕਿ ਜਿਹੜੀਆਂ ਚੀਜ਼ਾਂ ਤੁਸੀਂ ਕੈਸ਼ ਤੇ ਖਰੀਦੀਆਂ ਨੂੰ ਆਪਾਂ ਕੀ ਕਰਾਂਗੇ ਕੈਸ਼ ਤੇ ਲਿਖਾਂਗੇ ਠੀਕ ਹੈ ਕਿ ਤੁਸੀਂ ਕੋਈ ਵੀ ਸਮਾਨ ਹੈ ਜਿਹਦਾ ਪੈਸੇ ਦੇ ਕੇ ਖਰੀਦਿਆ ਨੂੰ ਆਪਾਂ ਕਿੱਥੇ ਲਿਖਾਂਗੇ ਕੈਸ਼ ਤੇ ਲਿਖਾਂਗੇ ਪਰਚੇਸਿਸ ਬੁੱਕ ਕੋਈ ਵੀ ਚੀਜ਼ ਖਰੀਦੀ ਆ ਪਰਚੇਸ ਬੁੱਕ ਦਾ ਮਤਲਬ ਹੈ ਕਿ ਤੁਸੀਂ ਖਰੀਦੀ ਘਾ ਦੇ ਉੱਤੇ ਉਧਾਰ ਤੇ ਖਰੀਦੀ ਆ ਪਰਚੇਸ ਮਤਲਬ ਖਰੀਦੀ ਆ ਠੀਕ ਹੈ ਪਰ ਖਰੀਦੀ ਕਾਦੇ ਉੱਤੇ ਆ ਉਧਾਰਤੇ ਸੇਲਸ ਬੁੱਕ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਨਾ ਕੋਈ ਚੀਜ਼ ਸੇਲ ਕੀਤੀ ਆ ਪਰ ਕੀਤੀ ਕਾਦੇ ਉੱਤੇ ਆ ਉਧਾਰਤੇ ਠੀਕ ਹੈ ਪਰਚੇਸ ਰਿਟਰਨ ਬੁੱਕ ਪਰਚੇਸ ਰਿਟਰਨ ਬੁੱਕ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਤੁਸੀਂ ਚੀਜ਼ ਖਰੀਦੀ ਸੀ ਉਧਾਰਤੇ ਉਹ ਤੁਸੀਂ ਕੀ ਕਰਤੀ ਬਾਅਦੋਂ ਰਿਟਰਨ ਕਰਤੀ ਕਿਉਂਕਿ ਤੁਹਾਨੂੰ ਚੀਜ਼ ਪਸੰਦ ਨਹੀਂ ਆਈ ਸੇਲਸ ਰਿਟਰਨ ਬੁੱਕ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਤੁਸੀਂ ਸੇਲ ਕੀਤੀ ਸੀ ਕਿਸੇ ਨੂੰ ਉਧਾਰਤੇ ਉਹ ਬਾਅਦੋਂ ਕਸਟਮਰ ਨੇ ਕਿਹਾ ਵੀ ਮੈਨੂੰ ਤੁਹਾਡੀ ਚੀਜ਼ ਨਹੀਂ ਪਸੰਦ ਆਈ ਤੇ ਕਸਟਮਰ ਰਿਟਰਨ ਉਹ ਚੀਜ਼ ਤੁਹਾਨੂੰ ਕੀ ਕਰ ਜਾਂਦਾ ਵਾਪਸ ਕਰ ਜਾਂਦਾ ਠੀਕ ਹੈ ਐਦਾਂ ਹੀ ਬਿਲਜ਼ ਰਿਸੀਵੇਬਲ ਆ ਬਿਲ ਰਿਸੀਵੇਬਲ ਵੀ ਹੁੰਦਾ ਕਿ ਬਿੱਲ ਜਿਹੜਾ ਵਾ ਤੁਸੀਂ ਕਾਦੇ ਉੱਤੇ ਕੱਟਿਆ ਜਿੱਦਾਂ ਤੁਹਾਨੂੰ ਪਤਾ ਹੈ ਕਿ ਮਾਰਕੀਟ ਦੇ ਵਿੱਚ ਚਾਈਦਾ ਤੁਸੀਂ ਕਹਿੰਦੇ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਨੂੰ ਬਿੱਲ ਕੱਟ ਕੇ ਦਿਓ ਦੋਨੋਂ ਆਪਾਂ ਕੀ ਕਹਦੇ ਨੇ ਬਿੱਲ ਰਿਸੀਵੇਬਲ ਬਿੱਲ ਪੇਅਬਲ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਪੈਸਾ ਪਏਗਾ ਨਾ ਬਿੱਲ ਰਿਸੀਵੇਬਲ ਦਾ ਮਤਲਬ ਇਹ ਹੁੰਦਾ ਕਿ ਉਹ ਵਾਲਾ ਬਿੱਲ ਜਦੋਂ ਤੁਸੀਂ ਕਿਸੇ ਕੋਲ ਪੈਸਾ ਲੈਣਾ ਹੁੰਦਾ ਬਿੱਲ ਪੇਅਬਲ ਦਾ ਮਤਲਬ ਹੁੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਕੀ ਦੇਣਾ ਵਾ ਪੈਸਾ ਦੇਣਾ ਵਾ ਪਰ ਠ ਉਕੇ ਠੀਕ ਹੈ ਨਹੀਂ ਸਮਝ ਆ ਗਈ ਥਰਡ ਸਟੈਪ ਇਜ਼ दैट ਕਿ ਲੈਜਰ ਪੋਸਟਿੰਗ ਤੀਜੇ ਸਟੈਪ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ ਲੈਜਰ ਪੋਸਟਿੰਗ ਲੈਜਰ ਪੋਸਟਿੰਗ ਦੇ ਵਿੱਚ ਹੀ ਹੁੰਦਾ ਹੈ ਬੱਚੇ ਜਦੋਂ ਤੁਸੀਂ ਫਸਾਲਤ ਨਾਲ ਪਹਿਲਾਂ ट्रांजैक्शन ਆਈਡੈਂਟੀਫਾਈ ਕੀਤੀ ਹੈ ਕਿ ट्रांजैक्शन ਇਹ ਆਈਡੈਂਟੀਫਾਈ ਕੀਤੀ ਹੈ ਕਿ ਉਹਦੇ ਵਿੱਚ ਤੁਸੀਂ ਇਹ ਵੇਖਿਆ ਕਿ ਪੈਸੇ ਦੀ ਪਰਫਮ ਦੇ ਵਿੱਚ ਆ ट्रांजैक्शंस ਜਾਂ ਕਿਦੀ ਪਰਫਮ ਦੇ ਵਿੱਚ ਜਦੋਂ ਪਤਾ ਲੱਗਿਆ ਪੈਸੇ ਦੀ ਪਰਫਮ ਚਾ ਫਿਰ ਉਹਨੂੰ ਕਾਦੇ ਵਿੱਚ ਲਿਖਣਾ ਜਾਂ ਕੈਸ਼ ਬੁੱਕ ਦੇ ਵਿੱਚ ਤੇ ਜਾਂ ਪਰਚੇਸਿਸ ਬੁੱਕ ਜਾਂ ਸੇਲਸ ਬੁੱਕ ਪਰਚੇਸਿਸ ਬੁੱਕ ਚ ਉਹ ट्रांजैक्शंस ਲਿਖੋਗੇ ਜਿਹੜੀਆਂ ਤੁਸੀਂ ਪਰਚੇਸ ਕਰ ਰਹੇ ਹੋ ਸੇਲ ਬੁੱਕ ਚ ਉਹ ਲਿਖੋਗੇ ਜਿਹੜੀਆਂ ਤੁਸੀਂ ਸੇਲ ਕਰ ਰਹੇ ਹੋ ਠੀਕ ਹੈ ਹੁਣ ਤੀਜੇ ਦੇ ਵਿੱਚ ਵੇਖੋ ਲੈਜਰ ਪੋਸਟਿੰਗ ਲੈਜਰ ਪੋਸਟਿੰਗ ਦਾ ਮਤਲਬ ਹੁੰਦਾ ਹੈ ਆਫਟਰ ਰਿਕਾਰਡਿੰਗ ਇਨ ਜਰਨਲ ਜਰਨ ਉਨਾਂ ਤੋਂ ਬਾਅਦ ਤੁਸੀਂ ਜਿਹੜੀਆਂ ਉਸ ਤੋਂ ਬਾਅਦ ਐਂਟਰੀਆਂ ਕਿੱਥੇ ਲੈ ਕੇ ਜਾਓਗੇ ਲੈਜਰ ਦੇ ਵਿੱਚ ਲੈਜਰ ਉਹ ਵਾਲਾ ਕਾਊਂਟਰ ਦਾ ਜਿੱਥੇ ਤੁਸੀਂ ਹਰ ਇੱਕ ਬੰਦੇ ਦਾ ਵੱਖ-ਵੱਖ ਅਕਾਊਂਟ ਬਣਾਉਂਦੇ ਜੋ ਹਰ ਇੱਕ ਬੰਦੇ ਦਾ ਫਾਰ ਇਗਜ਼ਾਮਪਲ ਜਿੱਦਾਂ ਮੇਰਾ ਨਾਮ ਸੁਖਮਨ ਹੈ ਠੀਕ ਹੈ ਮੇਰਾ ਨਾਮ ਸੁਖਮਨ ਹੈ ਤੇ ਜੇ ਤੁਸੀਂ ਹੋਰ ਕੋਈ RAM ਆ ਸ਼ਾਮ ਆ ਇਹਦਾ ਮਤਲਬ ਤੁਸੀਂ RAM ਕੋਲੋਂ ਬੁਕਸ ਬਾਈ ਕੀਤੀਆਂ ਫਾਰ ਇਗਜ਼ਾਮਪਲ ਕਿ RAM ਕੋਲੋਂ ਕੀ ਕੀ ਤੁਸੀਂ ਬੁਕਸ ਬਾਈ ਕੀਤੀਆਂ ਤੇ ਤੁਸੀਂ ਲਿਖਣਾ ਪਰਚੇਸਿਸ ਫਰਮ RAM RAM ਕੋ ਪਰਚੇਸਿਸ ਕੀਤੀਆਂ ਨਾ ਤੇ ਦੂਜਾ ਕੀ ਆ परचेजेस फ्रॉम सुखमन ठीक है एदा मतलब कि सुखमन ਦਾ ਅਕਾਊਂਟ ਵੱਖ ਬਣਾਉਗੇ ਤੇ ਰਾਮ ਦਾ ਅਕਾਊਂਟ ਕੀ ਬਣਾਉਗੇ ਵੱਖ ਬਣਾਉਗੇ ਲੈਜਰ ਦਾ ਮਤਲਬ ਇਹ ਆ ਕਿ ਹਰ ਇੱਕ ਬੰਦੇ ਦਾ ਵੱਖ-ਵੱਖ ਅਕਾਊਂਟ ਬਣਾਉਗੇ ਫਾਰ ਇਗਜ਼ਾਮਪਲ ਤੁਸੀਂ ਜਿੱਦਾਂ ਮੰਨ ਕੇ ਚੱਲੋ ਜਿੱਦਾਂ ਟੀਚਰਜ਼ ਹਰ ਇੱਕ ਟੀਚਰਜ਼ ਦੇ ਮਾਰਕਸ ਮਾਰਕਸ ਵੱਖ-ਵੱਖ ਲਿਖਦੇ ਜੋ ਨਾ ਉਹਨੂੰ ਕਹਿੰਦੇ ਆਪਾਂ ਲੈਜ ਤੁਸੀਂ ਜਦੋਂ ਪਹਿਲਾਂ ਸਾਰੇ ਰਿਕਾਰਡ ਕਰ ਲੈਂ ਜੋ ਜਦੋਂ ਜਦੋਂ ਤੁਸੀਂ ਸਕੂਲ ਦੇ ਵਿੱਚ ਜੋ ਤੁਹਾਡੇ ਹਰ ਇੱਕ ਸਬਜੈਕਟ ਚੋਂ ਮਾਰਕਸ ਆਉਂਦੇ ਤੁਸੀਂ ਸਾਰੇ ਇਕੱਠੇ ਨਹੀਂ ਲੈਂਦੇ ਤੁਸੀਂ ਕੀ ਕਰਦੇ ਜੋ ਪੰਜਾਬੀ ਚੋਂ ਇੰਨੇ ਆਏ ਇੰਗਲਿਸ਼ ਚੋਂ ਇੰਨੇ ਆ ਡੈਟ ਮੀਨਸ ਕਿ ਲੈਜ ਦਾ ਮਤਲਬ ਹਰ ਇੱਕ ਟੀਚਰਜ਼ ਦੇ ਮਾਰਕ ਕੀ ਲਿਖਦੇ ਜੋ ਵੱਖ-ਵੱਖ ਐਦਾਂ ਹੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਾਪਾ ਜੇ ਕਿਸੇ ਨੂੰ ਕੋਈ ਵੀ ਪੈਸਾ ਦਿੰਦੇ ਆ ਤੇ ਵੱਖ-ਵੱਖ ਕਰਕੇ ਲੈਂਦੇ ਕਿ ਮੈਂ ਇੰਨਾ ਸੌਦੇ ਚ ਖਰੀਦ ਇੰਨਾ ਸੌਦਾ ਖਰੀਦ ਇਨਾ ਬਿਜਲੀ ਦਾ ਬਿੱਲ ਤਾਂ ਮਤਲਬ ਹਰ ਇੱਕ ਵਕਵਾ ਕਾ ਕਾਉਂਟ ਚ ਲਿਖ ਦੇ ਜੋ ਕਿ ਇਹ ਪੈਸਾ ਕਿੱਥੇ ਕਿੱਥੇ ਖਰਚ ਕੀਤਾ ਠੀਕ ਹੈ ਫਾਰ ਇਗਜ਼ਾਮਪਲ ਦੇਖੋ ਜਿਦਾਂ ਤੁਹਾਡੇ ਘਰ ਮਜ਼ਦੂਰੀ ਲੱਗੇ ਹੁਣ ਮਜ਼ਦੂਰ ਮਤਲਬ ਜਿਦ ਆਪਾਂ ਕਹਿ ਦਿੰਨੇ ਆ ਕਿ ਹੁਣ ਪਿੰਡਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਦ ਆਪਾਂ ਜੋ ਕੋਈ ਫਾਰਮ ਫਾਰਮਿੰਗ ਕਰਦੇ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਨੇ ਕੋਈ ਨਾ ਕੋਈ ਰੱਖਿਆ ਹੁੰਦਾ ਹੈ ਭਈਆ ਰੱਖਿਆ ਹੁੰਦਾ ਜਿਹੜਾ ਕੰਮ ਕਰਦਾ ਠੀਕ ਹੈ ਜਦੋਂ ਜੇ ਮੰਨ ਕੇ ਚਲੋ ਤੁਹਾਡੇ ਕੋਲ 1 ਲੱਖ ਰੁਪਈਆ ਹੈ ਤਾਂ ਤੁਸੀਂ ਭਈਏ ਨੂੰ 10000 ਰੁਪਈਆ ਦਿੱਤਾ ਪਹਿਲਾਂ ਤੁਸੀਂ ਐਂਟਰੀ ਕਿੱਥੇ ਪਾਉਗੇ ਕਿ 1 ਲੱਖ ਚੋਂ 10000 ਤੁਸੀਂ ਕਿਨੂੰ ਦਿੱਤਾ ਭਈਏ ਨੂੰ ਦਿੱਤਾ ਪਰ ਦੂਜੀ ਐਂਟਰੀ ਕਿੱਥੇ ਪਾਉਗੇ ਉਹ ਭਈਏ ਦੇ ਅਕਾਊਂਟ ਚ ਭਈਏ ਦੇ ਕਾਉਂਟ ਚ ਲਿਖੋਗੇ ਨਾ ਕਿ ਇੰਨੀ ਤਰੀਕ ਨੂੰ ਭਈਏ ਨੇ ਇੰਨਾ ਪਾਇਆ ਲੈ दैट मींस ਡੁਅਲ ਇਫੈਕਟ ਉਹ ਡੁਅਲ ਫੈਕਟ ਦਾ ਮਤਲਬ ਕਿ ਇੱਕੋ ਪੈਸੇ ਨੂੰ ਤੁਸੀਂ ਦੋ ਜਗ੍ਹਾ ਲਿਖੰਦੇ ਹੋ ਜੇ ਇੱਕ ਜਗ੍ਹਾ ਉੱਥੇ ਲਿਖੰਦੇ ਜਿੱਥੇ ਤੁਸੀਂ ਇਹ ਪੂਰੇ ਕਰਦੇ ਹੋ ਕਿ 1 ਜੋ ਤੁਹਾਨੂੰ ਪਤਾ ਚੱਲ ਸਕੇ ਕਿ ਹਾਂ ਉਹਨੂੰ ਮੈਂ 10000 ਦਿੱਤਾ ਸੀ ਠੀਕ ਹੈ ਫੋਰਸ ਚੈਪੇਸ ਦਾ ਬੈਲੈਂਸਿੰਗ ਲੈਜਰ ਅਕਾਊਂਟ ਬੈਲੈਂਸਿੰਗ ਲੈਜਰ ਅਕਾਊਂਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਬੈਲੈਂਸ ਕਰਨਾ ਬੈਲੈਂਸ ਦਾ ਮਤਲਬ ਹੈ ਕਿ ਲੈਜਰ ਅਕਾਊਂਟ ਨੂੰ ਬੈਲੈਂਸ ਕਿਦਾਂ ਕਰਨਾ ਇਹ ਦੇਖਣਾ ਕਿ ਜੇ ਮੇਰੇ ਕੋਲ 1 ਲੱਖ ਰੁਪਈਆ ਆਇਆ ਹੀ ਤੇ ਇੱਕ ਜੇ ਮੇਰੇ ਕੋਲ ਇਨਕਮ ਮੰਨ ਕੇ ਚਲੋ ਇਨਕਮ ਕੀ ਹੈ 1 ਲੱਖ ਠੀਕ ਹੈ ਤੇ ਐਕਸਪੈਂਸ ਦਾ ਮਤਲਬ ਹੁੰਦਾ ਖਰਚਾ ਬੈਲੈਂਸਿੰਗ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਇਨਕਮ ਜੇ 1 ਲੱਖ ਤੇ ਖਰਚਾ ਵੀ ਕਿੰਨਾ ਕਰੋਗੇ 1 ਲੱਖ ਹੀ ਕਰੋਗੇ ਇਹ ਥੋੜੀ ਇਨਕਮ 1 ਲੱਖ ਤੇ ਖਰਚਾ 1 ਲੱਖ 1000 ਥੋੜੀ ਕਰ ਸਕਦੇ ਬੈਲੈਂਸ ਹੋਣਾ ਚਾਹੀਦਾ ਬੈਲੈਂਸ ਦਾ ਮਤਲਬ ਜੇ 1 ਲੱਖ ਤਾਂ ਦੀ ਇਨਕਮ ਆ ਤੇ ਖਰਚਾ ਵੀ ਤੁਹਾਡਾ ਕਿੰਨਾ ਹੋਣਾ ਚਾਹੀਦਾ 1 ਲੱਖ ਹੋਣਾ ਚਾਹੀਦਾ ਸਮਝ ਆਉਂਦੀ ਹੈ ਇਹ ਨਹੀਂ ਕਿ ਤੁਹਾਡੀ ਇਨਕਮ 1 ਲੱਖ ਤੇ ਖਰਚਾ ਦਾ 1.2 ਲੱਖ ਹੋ ਗਿਆ ਤਾਂ ਫਿਰ ਕਿਸੇ ਨੇ ਕੋਈ ਵੀ ਆਣ ਕੇ ਤੁਹਾਨੂੰ ਆਡਿਟ ਵਾਲਾ ਪੁੱਛ ਸਕਦਾ ਜਿਨ੍ਹਾਂ ਨੇ ਤੁਹਾਡੀਆਂ ਬੁਕਸ ਚੈੱਕ ਕਰਨੀਆਂ ਕਿ ਤੁਹਾਡ ਕੋ ਇਨਕਮ ਤਾਂ ਹੀ ਨਹੀਂ ਤੇ ਤੁਸੀਂ ਵੀ 1 ਲੱਖ 2000 ਕਿੱਥੋਂ ਖਰਚ ਕਰ ਲਿਆ 2000 ਤੁਹਾਡ ਕੋ ਕਿੱਥੋਂ ਹੈ ਦੈਟ ਮੀਨਸ ਉਹ ਬਲੈਕ ਮਨੀ ਹੈ ਇਹਦਾ ਮਤਲਬ ਹੈ ਕਿ ਜਿੰਨਾ ਪੈਸਾ ਤੁਸੀਂ ਕਮਾਇਆ ਕਮਾਤੋਈ ਖਰਚਾ ਕਿਨਾ 50000 50000 ਤੁਹਾਡੇ ਕੋਲ ਕੀ ਪਿਆ ਵਾ ਸਰਪਲਸ ਪਿਆ ਸਰਪਲਸ ਦਾ ਮਤਲਬ ਹੈ ਕਿ ਤੁਹਾਡੇ ਅਕਾਊਂਟ ਚ ਵੈਸੇ ਹੀ ਪਿਆ ਵਾ ਕਿਉਂ ਪਿਆ ਕਿਉਂਕਿ ਤੁਸੀਂ ਉਹ ਪੈਸਾ ਯੂਜ਼ ਨਹੀਂ ਕੀਤਾ ਬਟ ਕਦੇ ਵੀ ਇਨਕਮ ਤੋਂ ਵੱਧ ਤੁਹਾਡਾ ਖਰਚਾ ਨਹੀਂ ਹੋ ਸਕਦਾ 5th ਸਟੈਪ ਇਸ ਥੈਟ ਕਿ ਉਹ ਜਿਹੜਾ ਸਾਰਾ ਪੈਸਾ ਵਾ ਜੋ ਤੁਸੀਂ ਪਹਿਲਾਂ ਕੀ ਕੀਤਾ ਇਹ ਵੇਖਿਆ ਕਿ ट्रांजैक्शन ਮਨੀ ਦੀ ਫਾਰਮ ਦੇ ਵਿੱਚ ਆ ਫਿਰ ਤੁਸੀਂ ਉਹਨੂੰ ਕੀ ਕੀਤਾ ਰਿਕਾਰਡ ਕੀਤਾ ਰਿਕਾਰਡ ਕਾਦੇ ਵਿੱਚ ਕਰਨਾ ਵਾ ਜਰਨਲ ਤੇ ਜਾਂ ਫਿਰ ਕਾਦੇ ਵਿੱਚ ਕਰਨਾ ਹੈ ਸਬਸੀਡਰੀ ਬੁక్స్ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਾਦੇ ਵਿੱਚ ਪੋਸਟ ਕਰਨਾ ਲੈਜਰ ਲੈਜਰ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹਰ ਬਾਕੀ ਬਾਕੀ ਕਾਊਂਟ ਹੁੰਦਾ ਉਹਨੂੰ ਆਪਾਂ ਕੀ ਕਹਿ ਦਿੰਨੇ ਲੈਜਰ ਫੋਰਥ ਸਟੈਪ ਇਜ਼ ਥੈਟ ਕਿ ਬੈਲੈਂਸ ਕਰਨਾ ਬੈਲੈਂਸ ਦਾ ਮਤਲਬ ਹੈ ਕਿ ਇਨਕਮ ਨੂੰ ਐਕਸਪੈਂਸਸ ਦੇ ਨਾਲ ਬੈਲੈਂਸ ਕਰਨਾ ਕਿ ਆਪਸ ਦੇ ਵਿੱਚ ਦੋਵੇਂ ਮਿਲਣਦੀਆਂ ਕਿ ਨਹੀਂ ਇਨਕਮ ਹੁੰਦਾ ਤਾਂਡੀ ਇਨਕਮ ਕਿ ਨਹੀਂ ਐਕਸਪੈਂਸ ਦਾ ਮਤਲਬ ਹੁੰਦਾ ਤੁਹਾਡਾ ਖਰਚਾ ਗੱਲ ਹੈ ਐਂਡ ਲਾਸਟ ਸਟੈਪ ਇਜ਼ ਥੈਟ ਕਿ ਪ੍ਰੇਪਰੇਸ਼ਨ ਆਫ ਟ੍ਰਾਇਲ ਬੈਲੈਂਸ ਬੱਚੇ ਟ੍ਰਾਇਲ ਬੈਲੈਂਸ ਤਾਂ ਕਰਕੇ ਬਣਾਇਆ ਜਾਂਦਾ ਹੈ ਕਿ ਟ੍ਰਾਇਲ ਬੈਲੈਂਸ ਤੋਂ ਫਿਰ ਆਪਾਂ ਕੰਪਨੀ ਦੀ ਕੀ ਕੱਢ ਸਕਦੇ ਹਾਂ ਦੇਖੋ ਐਟ ਦ ਐਂਡ ਕੀ ਉਹਨੇ ਕੀ ਕਿਹਾ ਕੰਪਨੀ ਦੀ ਆਪਾਂ ਕੀ ਕੱਢ ਸਕਦੇ ਹਾਂ ਦੇਖੋ ਟ੍ਰਾਇਲ ਬੈਲੈਂਸ ਦੇ ਨਾਲ ਆਪਾਂ ਦੇਖੋ ਟ੍ਰਾਇਲ ਬੈਲੈਂਸ ਹੈ ਕਿਦਾਂ ਦੀ ਚੀਜ਼ ਹੁੰਦੀ ਉਹ ਵੀ ਇੱਕ ਤੁਹਾਨੂੰ ਇਹ ਹੀ ਹਿਸਾਬ ਦੱਸਦਾ ਟ੍ਰਾਇਲ ਬੈਲੈਂਸ ਕਿ ਤੁਹਾਨੂੰ ਇਨਕਮ ਦੇ ਨਾਲ ਇਨਕਮ ਇਨਕਮ ਤਾਂ ਕਿੰਨੀ ਤੇ ਐਕਸਪੈਂਸ ਉਹ ਦੋਵੇਂ ਮਿਲਨੇ ਚਾਹੀਦੇ ਜਿਹੜਾ ਟ੍ਰਾਇਲ ਬੈਲੈਂਸ ਦਾ ਅਕਾਊਂਟ ਹੁੰਦਾ ਨੇ ਇੱਕ ਪਾਸੇ ਖਰਚੇ ਹੁੰਦੇ ਇੱਕ ਪਾਸ ਠੀਕ ਹੈ ਤੇ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਕੀ ਹੋਣੀਆਂ ਚਾਹੀਦੀਆਂ ਮਿਲਣੀਆਂ ਚਾਹੀਦੀਆਂ ਮਿਲਣੀਆਂ ਦਾ ਮਤਲਬ ਇਹ ਆ ਫੋਰ ਇਗਜ਼ਾਮਪਲ 1 ਲੱਖ ਰੁਪਏ ਤੁਹਾਡਾ ਖਰਚਾ ਵਾ 1 ਲੱਖ ਤੁਹਾਡੀ ਇਨਕਮ ਆ ਤੇ ਐਕਸਪੈਂਸ ਵੀ ਤੁਹਾਡਾ 1 ਲੱਖ ਹੋਣਾ ਚਾਹੀਦਾ ਠੀਕ ਹੈ ਤੇ ਕਹਿੰਦਾ ਕਿ ਜੇ ਤੁਹਾਡਾ ਇਫ ਟ੍ਰਾਇਲ ਬੈਲੈਂਸ ਐਗਰੀਸ ਕਹਿੰਦਾ ਕਿ ਜੇ ਤੁਹਾਡਾ ਟ੍ਰਾਇਲ ਬੈਲੈਂਸ 1 ਲੱਖ ਰੁਪਏ ਦੋਵੇਂ ਪਾਸੇ ਆ ਗਿਆ ਦੈਟ ਮੀਨਸ ਕਿ ਤੁਸੀਂ ਕੀ ਜੋ ਤੁਹਾਡਾ ਅਕਾਊਂਟ ਕੀਆ ਪੂਰਾ ਸਹੀ ਆ ਬਟ ਕਹਿੰਦਾ ਕਿ ਜੇ ਟ੍ਰਾਇਲ ਬੈਲੈਂਸ ਡਸ ਨਾਟ ਐਗਰੀ ਕਹਿੰਦਾ ਜੇ ਟ੍ਰਾਇਲ ਬੈਲੈਂਸ ਨਹੀਂ ਐਗਰੀ ਹੁੰਦੇ ਆ देयर ਆਰ ਸਰਟਨ 에ਰਰ ਤੁਹਾਡਾ ਇੱਕ ਇੱਧਰ 1 ਲੱਖ ਰੁਪਇਆ ਵਾ ਤੇ ਖਰਚਾ 1 ਲੱਖ 20 ਹਜ਼ਾਰ ਹੋ ਰਿਹਾ ਹੈ। ਦੈਟ ਮੀਨਸ ਕਿ ਤੁਸੀਂ ਕਿਤੇ ਨਾ ਕਿਤੇ ਕੋਈ ਗਲਤੀ ਕੀਤੀ ਹੈ ਜਿੰਨੂੰ ਕਿ ਤੁਸੀਂ ਬਾਅਦ 'ਚੋਂ ਸਹੀ ਕਰੋਗੇ। ਇਸ ਤੋਂ ਇਹ ਪਤਾ ਲੱਗਦਾ ਕਿ ਤੁਸੀਂ ਅਕਾਊਂਟ ਗਲਤ ਬਣਾਇਆ। ਗਲਤ ਦਾ ਮਤਲਬ ਇਹ ਹੈ ਕਿ ਕਿੱਦੋਂ ਸਦਾ 1 ਲੱਖ ਰੁਪਇਆ ਤੁਹਾਡੀ ਕੋਈ ਇਨਕਮ ਹੋਵੇ ਤਾਂ ਤੁਸੀਂ 1 ਲੱਖ 20 ਖਰਚਤਾ। 댓 미ਨਸ ਤੁਸੀਂ ਕਿਤੇ ਨਾ ਕਿਤੇ 에러 ਦਾ ਮਤਲਬ ਹੁੰਦਾ ਤੁਸੀਂ ਕਿਤੇ ਨਾ ਕਿਤੇ ਗਲਤੀ ਕੀਤੀ ਹੈ ਤਾਂ ਗਲਤੀ ਨੂੰ ਤੁਸੀਂ ਲੱਭ ਕੇ ਉਹਨੂੰ ਕੀ ਕਰੋਗੇ ਰੈਕਟੀਫਾਈਡ ਦਾ ਮਤਲਬ ਹੁੰਦਾ ਉਹਨੂੰ ਸਹੀ ਕਰੋਗੇ ਇਹ ਪ੍ਰੋਸੈਸ ਆ ਇਹ ਪ੍ਰੋਸੈਸ ਇਦਾਂ ਹੀ ਚੱਲਣਾ ਵਾ ਠੀਕ ਹੈ ਬੱਚੇ ਉਸ ਤੋਂ ਬਾਅਦ ਜੇ ਇਸ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆ ਯੂ ਕੈਨ ਆਸਕ ਮੀ ਐਟ ਐਨੀ ਟਾਈਮ ਠੀਕ ਹੈ नैक्सट वन इज द अकाउंटिंग हम आपका पहला फस्ट ऑफ आल पढ़िया बुक कीपिंग उस तो बाद अकाउंटिंग जो आप पढ़ रहे हैं कि अकाउंट्स भी पढ़नी है ना तो अकाउंटिंग की हूँ फस्ट ऑफ आल की कहता अकाउंटिंग इज द आर्ट ऑफ रिकॉर्डिंग क्लासीफाइंग एंड समराइजिंग इन ए सिगनीफिकेंट मैनर एंड इन टर्म्स ऑफ मनी ट्रांजैक्शन एंड ईवेंट्स विच आर इन पार्ट एटलीस्ट ऑफ एन फाइनैशियल करैक्टर एंड इंटर रिजल्ट देर ऑफ बच्चे एक या दो डेफिनेशनस कर अकॉर्डिंग टू फॉर एग्जाम्पल पहली तो गल य कि ਅ ਦੋ ਡੈਫੀਨੇਸ਼ਨਸ ਕਰੋ ਦੇਖੋ ਫਸਟ ਆਫ ਆਲ ਤੁਸੀਂ ਕੀ ਲਿਖੋਗੇ ਬੁੱਕ ਕੀਪਿੰਗ ਏਮਸ ਆਟ ਰਿਕਾਰਡਿੰਗ ਦਾ ਬਿਜ਼ਨਸ ट्रांजੈਕਸ਼ਨਸ ਇਨ ਅਕਾਊਂਟਸ ਬੁੱਕ ਕਹਿੰਦਾ ਕਿ ਬੁੱਕ ਕੀਪਿੰਗ ਦੇ ਵਿੱਚ ਸਿਰਫ ਆਪਾਂ ਕੀ ਕਰਦਾ ਰਿਕਾਰਡ ਕਰਦੇ ਆ ਬਟ ਅਕਾਊਂਟਿੰਗ ਦੇ ਵਿੱਚ ਆਪਾਂ ਰਿਕਾਰਡ ਤੇ ਕਰਦੇ ਹੀ ਕਰਨਾ ਕਲਾਸੀਫਾਈ ਦਾ ਮਤਲਬ ਹੁੰਦਾ ਹਰ ਇੱਕ ਦਾ ਵੱਖ-ਵੱਖ ਅਕਾਊਂਟ ਬਣਾਉਣਾ ਰਿਕਾਰਡ ਬੁੱਕ ਕੀਪਿੰਗ ਚ ਸਿਰਫ ਕੀ ਕਰਦੇ ਤੁਸੀਂ ਰਿਕਾਰਡ ਲਿਖਦੇ ਜੋ ਰਿਕਾਰਡ ਬਣਾਉਂਦੇ ਜੋ ਨਾ ਰਿਕਾਰਡ ਦਾ ਮਤਲਬ ਇਹ ਹੁੰਦਾ ਹੈ ਕਿ ਰਿਕਾਰਡ ਕਰ ਲਈ ਚੀਜ਼ ਠੀਕ ਹੈ ਉਹ ਬੁੱਕ ਕੀਪਿੰਗ ਇਹ ਕੋਈ ਨਾਰਮਲ ਬੰਦਾ ਵੀ ਕਰ ਸਕਦਾ ਕਿ ਜਿਹੜਾ ਪੜਿਆ ਲਿਖਿਆ ਨਹੀਂ ਹੁੰਦਾ ਹੁਣ ਤੁਹਾਡੇ ਘਰ ਦੇ ਵਿੱਚ ਤੁਹਾਡੇ ਪੇਰੈਂਟਸ ਜੇ ਨਹੀਂ ਵੀ ਪੜੇ ਲਿਖੇ ਉਹ ਲਿਖ ਦੇਤੇਗੇ ਨਾ ਹਿਸਾਬ ਕਿ ਇੰਨਾ ਪੈ ਹੈ ਇੱਥੇ ਇੱਥੇ ਖਰਚਾ ਬਟ ਬੁੱਕ ਕੀਪਿੰਗ ਇੱਕ ਜਿਹੜਾ ਅਨਪੜ ਬੰਦਾ ਵੀ ਕਰ ਸਕਦਾ ਬਟ ਅਕਾਊਂਟਿੰਗ ਆ ਉਹ ਹੀ ਬੰਦਾ ਕਰ ਸਕਦਾ ਜਿਹੜਾ ਕਿ ਹੋਊਗਾ ਪੜਿਆ ਲਿਖਿਆ ਹੋਊਗਾ ਜਿਨੇ ਰੂਲਸ ਪੜੇ ਹੋਣਗੇ ਕਾਉਂਟਸ ਦੇ ਠੀਕ ਹੈ ਕਹਿੰਦਾ ਕਾਊਂਟਿੰਗ ਦੇ ਵਿੱਚ ਫਰਸਟ ਆਫ ਆਲ ਆਪਾਂ ਰਿਕਾਰਡ ਕਰਾਂਗੇ ਰਿਕਾਰਡ ਇਹ ਕਿ ਜਿਹੜੀ ਚੀਜ਼ ਪੈਸੇ ਦੇ ਨਾਲ ਉਹਨੂੰ ਰਿਕਾਰਡ ਕਰਾਂਗੇ ਉਹਨੂੰ ਕਲਾਸੀਫਾਈ ਕਰਾਂਗੇ ਕਲਾਸੀਫਾਈ ਦਾ ਮਤਲਬ ਹੁੰਦਾ ਹੈ ਇਹ ਵੇਖਣਾ ਕਿ ਹਰ ਇੱਕ ਦੇ ਅਕਾਊਂਟ ਦੇ ਵਿੱਚ ਆਪਾਂ ਜਿਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਕਲਾਸੀਫਾਈ ਕਰਨਾ ਕਲਾਸੀਫਾਈ ਇਨ ਦਾ ਸੈਂਸ ਕਿ ਤੁਹਾਡੇ ਕੋਲ 1 ਲੱਖ ਰੁਪਈਆ ਤੁਸੀਂ ਪਹਿਲਾਂ ਉਹਨੂੰ ਕਿੱਥੇ ਲਿਖਿਆ ਕਿ ਮੈਂ 10000 ਕਿਹਨੂੰ ਦਿੱਤਾ ਬਈਏ ਨੂੰ ਦਿੱਤਾ ਠੀਕ ਹੈ ਦਾ ਕਾਮਨ ਜੀ ਐਗਜ਼ਾਮਪਲ ਦਿੱਤੇ ਆ ਕਿ ਤਾਂ ਜੋ ਤੁਹਾਨੂੰ ਸਮਝ ਆ ਸਕੇ ਕਿਉਂਕਿ ਆਪਾਂ ਸਾਰੇ ਲੋਕ ਪਿੰਡਾਂ ਤੋਂ ਬਿਲੋਂਗ ਕਰਦੇ ਆਂ ਠੀਕ ਹੈ ਜਿਦਾ ਤੁਸੀਂ 1 ਬੜ ਦੂਜੇ ਪਾਸੇ ਤੁਸੀਂ ਦੂਜਾ ਅਕਾਊਂਟ ਕਿੱਥੇ ਬਣਾਉਂਗੇ ਉਬਈਏ ਦਾ ਅਕਾਊਂਟ ਵੀ ਤਾਂ ਬਣਾਉਂਦੇ ਜੋ ਨਾ ਕਿ ਬਈਏ ਨੂੰ 10000 ਦਿੱਤਾ ਫਿਰ ਇੱਕ ਵਾਰੀ 5000 ਦਿੱਤਾ ਥੈਟ ਮੀਨਸ ਟੋਟਲ ਬਈਏ ਨੂੰ ਕਿੰਨੇ ਪੈਸੇ ਚਲ ਗਏ 15000 ਥੈਟ ਮੀਨਸ ਕਿ ਇੱਕ ਤਾਂ ਤੁਸੀਂ ਰਕਮ ਪੂਰੀ ਕਰਨ ਵਾਲਾ ਅਕਾਊਂਟ ਬਣਾਉਂਦੇ ਹੋ ਦੂਜਾ ਤੁਸੀਂ ਅਕਾਊਂਟ ਕਿਹੜਾ ਬਣਾਉਂਦੇ ਹੋ ਜਿੱਥੇ ਕਿ ਉਬਈਏ ਦਾ ਹਿਸਾਬ ਵੀ ਰੱਖਣਾ ਹੁੰਦਾ ਠੀਕ ਹੈ ਥੈਟ ਮੀਨਸ ਕਿ ਪਹਿਲਾਂ ਤਾਂ ਰਿਕਾਰਡ ਕੀਤੇ ਫਿਰ ਉਹਨੂੰ ਕਲਾਸੀਫਾਈ ਕੀਤਾ ਕਲਾਸੀਫਾਈ ਇਨ ਦ ਸੈਂਸ ਕਿ ਡੁਅਲ ਇਫੈਕਟ ਹੋ ਗਿਆ ਡੁਅਲ ਇਫੈਕਟ ਮੈਨ ਡਬਲ ਜੋਤੇ ਗੀ ਬਈਏ ਨੂੰ ਸਮਝਾਣਾ ਕਿ ਹਾਂ ਤੂੰ ਇੰਨੇ ਪਏ ਖੜੇ ਸੀ ਠੀਕ ਹੈ ਕਲਾਸੀਫਾਈ ਹੋ ਗਿਆ ਐਂਡ ਸਮਰਾਈਜ਼ਿੰਗ ਦਾ ਬਿਜ਼ਨਸ ट्रांजैक्शन ਇਨ ਅ ਯੂਸਫੁਲ ਮੈਨਰ ਸਮਰਾਈਜ਼ਿੰਗ ਦਾ ਮਤਲਬ ਹੁੰਦਾ ਹੈ ਕਿ ਬੱਚੇ ਐਟ ਦਾ ਐਂਡ ਜਦੋਂ ਆਪਾਂ ਅਕਾਊਂਟਸ ਦੇ ਵਿੱਚ ਹਮੇਸ਼ਾ ਬਿਜ਼ਨਸ ਨੇ ਆਪਣਾ ਪ੍ਰੋਫਿਟ ਕੱਢਣਾ ਹੁੰਦਾ ਜਾਂ ਲਾਸ ਕੱਢਣਾ ਹੁੰਦਾ ਠੀਕ ਹੈ ਕਿ ਬਿਜ਼ਨਸ ਨੇ ਇਹ ਵੇਖਣਾ ਹੁੰਦਾ ਹੁਣ ਤੁਹਾਡਾ ਸਕੂਲ ਵੀ ਜਿੱਦਾਂ ਉਹ ਆਪਣੇ ਰਿਕਾਰਡ ਅਕਾਊਂਟਸ ਕਰਦਾ ਹੀ ਕਰਦਾ ਅਕਾਊਂਟਿੰਗ ਕਰਦਾ ਕਰਦਾ ਸਾਲ ਦੇ ਐਂਡ 'ਚ ਉਹਨਾਂ ਨੇ ਵੇਖਣਾ ਹੁੰਦਾ ਕਿ ਸਾਨੂੰ ਕਿੰਨਾ ਪ੍ਰੋਫਿਟ ਆਇਆ ਜਾਂ ਲਾਸ ਹੋਇਆ ਸਮਰਾਈਜ਼ਿੰਗ ਦਾ ਨੂੰ ਪ੍ਰੋਫਿਟ ਹੋ ਜਾ ਜਾ ਲੋਸ ਹੋਇਆ ਠੀਕ ਹੈ ਸੋ ਹਰ ਇੱਕ ਆਰਗੇਨਾਈਜੇਸ਼ਨ ਆ ਉਹ ਪ੍ਰੋਫਿਟ ਤੇ ਲਾਸ ਕੱਢਦੀ ਹੀ ਕਰਦੀ ਆ ਬਟ ਉਹ ਕੌਣ ਕੱਢਦੇ ਨੇ ਕਮਰਸ ਵਾਲੇ ਠੀਕ ਹੈ ਹੁਣ ਇਹਨਾਂ ਪਤਾ ਚੱਲ ਗਿਆ ਨਾ ਹੁਣ ਇਹ ਵੇਖੋ ਇੱਕ ਡੈਫੀਨੇਸ਼ਨ ਇਹ ਹੋ ਗਈ ਦੂਜੀ ਡੈਫੀਨੇਸ਼ਨ ਕੌਣ ਦੇਂਦੇ ਆ ਇੰਪੋਰਟੈਂਟ ਡੈਫੀਨੇਸ਼ਨ ਆ ਜਿਹੜੀ ਉਹ ਕੌਣ ਦੇਂਦੇ ਆ ਅਮਰੀਕਨ ਇਹ ਲਿਖਣਾ ਲਿਖਣ ਨਾਲ ਅਮਰੀਕਨ ਇੰਸਟੀਚੂਟ ਆਫ ਸਰਟੀਫਾਈਡ ਪਬਲਿਕ ਅਕਾਊਂਟੈਂਟਸ ਇਹ ਕਾਮਨ ਡੈਫੀਨੇਸ਼ਨ ਆ ਇੰਪੋਰਟੈਂਟ ਆ ਦੋਵੇਂ ਡੈਫੀਨੇਸ਼ਨਸ ਤੁਸੀਂ ਲਿਖੋਗੇ ਦੂਜੀ ਕਿਹੜੀ ਆ ਕਿਨੇ ਦਿੱਤੀ ਆ ਅਮਰੀਕਨ ਇੰਸਟੀਚੂਟ ਆਫ ਸਰਟੀਫਾਈਡ ਪਬਲਿਕ ठीक ਜਦੋਂ that means ਕਿਸੇ ਆਥਰ ਦਾ ਨਾਮ ਆ ਗਿਆ ਜਾਂ ਕਿਸੇ ਇੰਸਟੀਚਿਊਟ ਦਾ ਨਾਮ ਆ ਗਿਆ ਜੇ ਤੁਸੀਂ ਕਾਪੀ ਦੇ ਵਿੱਚ ਇੰਸਟੀਚਿਊਟ ਦਾ ਨਾਮ ਲਿਖੰਦਾ ਜਨਾ that means ਕਿ ਤੁਹਾਨੂੰ ਉਹ ਡੈਫੀਨੇਸ਼ਨ ਉਦਾਂ ਦੀ ਉਦਾਂ ਲਿਖਣੀ ਪੈਣੀ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਕਿਤੇ ਲਾ ਦਿਓ ਆਫ ਕਿਤੇ ਲਾ ਦਿਓ that means ਜਿੱਥੇ ਇਸ ਆ ਇਸ ਉੱਥੇ ਲੱਗੂਗਾ ਜਿੱਥੇ ਆਫ ਆ ਉੱਥੇ ਹੀ ਆਫ ਲੱਗੂਗਾ ਇਸ ਤੋਂ ਇਲਾਵਾ ਕਿਤੇ ਵੀ ਹੋਰ ਕੋਈ ਚੀਜ਼ ਨਹੀਂ ਲੱਗੇਗੀ ਠੀਕ ਹੈ ਬਟ ਜਦੋਂ ਤੁਹਾਨੂੰ ਡੈਫੀਨੇਸ਼ਨ ਚੰਗੀ ਤਰ੍ਹਾਂ ਨਹੀਂ ਆਉਂਦੀ ਫਿਰ ਤੁਸੀਂ ਆਥਰ ਦਾ ਨਾਮ ਜਾਂ ਇੰਸਟੀਚਿਊਟ ਦਾ ਨਾਮ ਨਾਲ ਲਿਖੋ ਕਿਉਂ ਕਿਉਂਕਿ ਫਿਰ ਤੁਸੀਂ ਥੋੜਾ ਬਹੁਤਾ ਇੱਧਰ ਉੱਧਰ ਕਰਦੋਗੇ ਤਾਂ ਚੱਲ ਜਾਂਦਾ ਹੈ ਬਟ ਉਹਦਾ मीनिंग ਕਲੀਅਰ ਹੋਣਾ ਚਾਹੀਦਾ ਬਟ ਜਦੋਂ ਤੁਸੀਂ ਕਿਸੇ ਦਾ ਨਾਮ ਲਿਖ ਦਿੰਦੇ ਹੋ ਦੈਟ ਮੀਨਸ ਕਿ ਉਹਨੇ ਜਿਹੜੇ ਬੰਦੇ ਨੇ ਇੱਕ ਵਾਰੀ ਬੋਲ ਕੱਢ ਤੇ ਜਿਹੜੇ ਉਹਨੇ ਇੱਕ ਵਾਰੀ ਲਿਖ ਦਿੱਤੋ ਤੁਸੀਂ ਨਹੀਂ ਚੇਂਜ ਕਰ ਸਕਦੇ ਉਹ ਦੈਟ ਮੀਨਸ ਕਿ ਉਹ ਗਲਤ ਹੁੰਦੀ ਇਦਾਂ ਠੀਕ ਹੈ ਸੋ ਜੇ ਤੇ ਨਾਮ ਲਿਖਣਾ ਵਾ ਤੇ ਫਿਰ ਤੁਹਾਨੂੰ ਪੂਰੀ ਡੱਟੋ ਉਦਾਂ ਹੀ ਲਿਖਣੀ ਪਊਗੀ ਬਟ ਜੇ ਤੁਸੀਂ ਵੈਸੇ ਉਦਾਂ ਵੀ ਜੇ ਤੁਹਾਨੂੰ ਨਹੀਂ ਚੰਗੀ ਤਰ੍ਹਾਂ ਆਉਂਦੀ ਫਿਰ ਨਾਮ ਨਾਲ ਲਿਖੋ ਠੀਕ ਹੈ ਬਟ ਇਫੈਕਟ ਜ਼ਿਆਦਾ ਕਿਹਦਾ ਪਿੰਦਾ ਜਦੋਂ ਤੁਸੀਂ ਨਾਮ ਲਿਖਦੇ ਜਿਦਾ ਅਮਰੀਕਨ ਇੰਸਟੀਚਿਊਟ ਆਫ ਸਰਟੀਫਾਈਡ ਪਬਲਿਕ ਅਕਾਊਂਟੈਂਟਸ ਦਾ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਅਕਾਊਂਟਿੰਗ ਇਜ਼ ਦਾ ਆਰਟ ਆਫ ਉਹੀ ਗੱਲ ਕੋਈ ਕਹਿੰਦਾ ਰਿਕਾਰਡ ਕਰਨਾ ਫਿਰ ਕਲਾਸੀਫਾਈ ਕਰਨਾ ਐਂਡ ਸਮਰਾਈਜ਼ਿੰਗ ਕਰਨਾ ਕਾਦੇ ਵਿੱਚ ਕਹਿੰਨਾ ਇਨ ਅ ਸਿਗਨੀਫੀਕੈਂਟ ਮੈਨਰ ਐਂਡ ਟਰਮਸ ਆਫ ਮਨੀ ਉਹੀ ਗੱਲ ਹੋ ਗਈ ਪੂਰੀ ਉਹੀ ਡਿਫੀਨੇਸ਼ਨ ट्रांजੈਕਸ਼ਨ रिकॉर्डिंग ਕਾਦੀ ਕਰਾਂਗੇ ਸਮਰਾਈਜ਼ਿੰਗ ਕਾਦੀ ਕਰਾਂਗੇ ਆਪਾਂ ਤੇ ਕਲਾਸੀਫਾਈਂਗ ਕਾਦੀ ਕਰਾਂਗੇ ਕਿਹੜੀ ਚੀਜ਼ ਦੀ ਇਵੈਂਟਸ ਐਂਡ ट्रांजैक्शंस ਐਂਟਰੀਆਂ ਦੀ ਕਰਾਂਗੇ ਨਾ ਪੈਸੇ ਦੇ ਨਾਲ ਰਿਲੇਟਡ ਜਿਹੜੀਆਂ ਐਂਟਰੀਆਂ ਉਹਨਾਂ ਦੀ ਕਰਾਂਗੇ ਵਿਚਾਰ ਇਨ ਇਹ ਵਿਚਾਰ ਇਨ ਪਾਰਟ ਐਟ ਲੀਸਟ ਆਫ ਅ ਫਾਈਨੈਂਸ਼ੀਅਲ ਕੈਰੈਕਟਰ ਆ ਇੰਟਰਪ੍ਰੀਟਿੰਗ ਦ ਰਿਜ਼ਲਟਸ ਥੇਅਰ ਆਫ ਤੇ ਕਹਿੰਦੇ ਕਿ ਜਿਹੜੇ ਕਿਹੜੀ ਫਾਰਮ ਚ ਹੋਣੇ ਚਾਹੀਦੇ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਦਾ ਮਤਲਬ ਪੈਸੇ ਦੀ ਫਾਰਮ ਚ ਹੋਣਾ ਚਾਹੀਦਾ ਵਾ ਐਂਡ ਉਸ ਤੋਂ ਬਾਅਦ ਉਹਨੂੰ ਕੀ ਕਰ ਦੇਣਾ ਇੰਟਰਪ੍ਰੀਟ ਕਰ ਦੇਣਾ ਇੰਟਰਪ੍ਰੀਟ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਇਹ ਦੱਸਣਾ ਕਿ ਕੰਪਨੀ ਨੂੰ ਪ੍ਰੋਫਿਟ ਹੋਇਆ ਜਾਂ ਲੋਸ ਆ ਠੀਕ ਹੈ ਕੰਪਨੀ ਨੂੰ ਪ੍ਰੋਫਿਟ ਹੋਇਆ ਜਾਂ ਲਾਸ ਆ ਸਮਰਾਈਜ਼ਿੰਗ ਦਾ ਬੱਚੇ ਇੱਥੇ ਹੋਰ ਥੋੜਾ ਜਨਾ ਟੈਕਨੀਕਲ ਜਿਹਾ ਇੱਕ ਪੁਆਇੰਟ ਮੈਂ ਤੁਹਾਨੂੰ ਅੱਗੇ ਸਮਝਾਉਣੀ ਆ ਕਿ ਸਮਰਾਈਜ਼ਿੰਗ ਕੀ ਹੁੰਦਾ ਇਹਦੇ ਵਿੱਚ ਵੇਖਿਓ ਇੱਕ ਵਾਰੀ ਕੀ ਅਕਾਊਂਟਿੰਗ ਕਹਿੰਨਾ ਕਿ ਰਿਕਾਰਡ ਕਰ ਲਿਆ ਕਲਾਸੀਫਾਈ ਕਰ ਲਿਆ ਤੇ ਸਮਰਾਈਜ਼ਿੰਗ ਕਰ ਲਿਆ ਕਿਹੜੇ ਵਾਲੇ ਇਵੈਂਟਸ ਨੂੰ ਕਰਨਾ ਵਾ ਜਿਹੜੇ ਕਿਹਦੇ ਨਾਲ ਰਿਲੇਟ ਹੋਣਗੇ ਮਨੀ ਦੀ ਫਾਰਮ 'ਚ ਹੋਣਗੇ ਤੇ ਉਸ ਤੋਂ ਬਾਅਦ ਉਹ ਰਿਜ਼ਲਟ ਦੱਸਣਾ ਇੰਟਰਪ੍ਰੀਟਿੰਗ ਦਾ ਮਤਲਬ ਰਿਜ਼ਲਟ ਦੱਸਣਾ ਕਿ ਪ੍ਰੋਫਿਟ ਹੋਇਆ ਕੰਪਨੀ ਨੂੰ ਜਾਂ ਲਾਸ ਹੋਇਆ ਠੀਕ ਹੈ ਹੁਣ ਇੱਥੇ ਆਪਾਂ ਪ ਕੀ ਫੀਚਰਸ ਆਫ ਅਕਾਊਂਟਿੰਗ ਠੀਕ ਹੈ 1 ਮਿੰਟ ਬੱਚੇ ਇਹ ਆਪਾਂ ਟੌਪਿਕ ਕੱਲ ਕਰਾਂਗੇ ਬਟ ਮੈਂ ਤੁਹਾਨੂੰ ਇੱਥੇ ਸਮਰਾਈਜ਼ਿੰਗ ਦਾ ਇੱਕ ਵਾਰੀ ਮੀਨਿੰਗ ਦੱਸਦਾ summarizing is the art of condensing the recorded information in a manner so that the result of performance for a particular period can be determined easily this involves ohi gall hogi profit summarizing de vich bhi tusi ki karna hai profit and loss hi karna hai theek hai so confused nahi hona summarizing de vich bhi apan eh dekhna hai ki end de vich company nu profit hoya ya loss hoya theek hai and interpreting da bhi yani interpreting da matlab hota communicate karna communicating dekho uh, bache confused na hoyo summarizing de vich tusi eh dassna hunda profit hoya company nu ya loss hoya and ਇੰਟਰਪ੍ਰੀਟਿੰਗ ਦੇ ਵਿੱਚ ਤੁਹਾਨੂੰ ਤੁਸੀਂ ਪਹਿਲਾਂ ਇਹ ਦੱਸਦਾ ਪ੍ਰੋਫਿਟ ਹੋਇਆ ਜਾਂ ਲਾਸ ਹੈ ਇੰਟਰਪ੍ਰੀਟ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੂੰ ਦੱਸਣਾ ਬਾਅਦ ਚੋਂ ਦੱਸਣਾ ਠੀਕ ਹੈ ਕਿ ਜਦੋਂ ਤੁਸੀਂ ਉਹ ਬੈਲੈਂਸ ਸ਼ੀਟ ਆ ਜਿਹੜੀ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਆਪਾਂ ਦੱਸ ਪ੍ਰੋਫਿਟ ਐਂਡ ਲਾਸ ਦੇ ਵਿੱਚ ਤੁਸੀਂ ਦੱਸ ਦੋ ਜੋ ਕੰਪਨੀ ਨੂੰ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ ਜਦੋਂ ਤੁਸੀਂ ਉਹ ਨੈਟ ਤੇ ਚੜਾਤੀ ਫਿਰ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਕੀ ਕਰਤਾ ਇੰਟਰਪ੍ਰੀਟ ਕਿਉਂਕਿ ਤੁਸੀਂ ਜ਼ੁਬਾਨੇ ਥੋੜੀ ਦੱਸੋਗੇ ਹਾਰੇ ਨੂੰ ਕਿ ਮੈਨੂੰ ਇੰਨਾ ਪ੍ਰੋਫਿਟ ਹੋਇਆ ਜਾਂ ਮੈਨੂੰ ਲਾਸ ਹੋਇਆ ਜੇ ਇਹਦਾ ਪ੍ਰੋਫਿਟ ਹੋਊਗਾ ਤਾਂ ਫਿਰ ਵੀ ਵੈਲੈਂਡ ਗੁਰਬਰ ਜੇ ਲ ਤੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਕੰਪਨੀ ਕਿੰਨਾ ਕੁ ਪ੍ਰੋਫਿਟ ਕਮਾ ਰਹੀ ਹੈ ਜਾਂ ਲਾਸ ਕਮਾ ਰਹੀ ਹੈ ਠੀਕ ਹੈ ਇੰਟਰਪ੍ਰੈਟਿੰਗ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਹ ਚੀਜ਼ ਨੂੰ ਕਮਿਊਨੀਕੇਟ ਕਰਨਾ ਬਾਈ ਥਰੂ ਈਮੇਲਸ ਠੀਕ ਹੈ ਈਮੇਲਸ ਦੇ ਨਾਲ ਜਾਂ ਕਿਤੇ ਵੀ ਤੁਸੀਂ ਉਹਨੂੰ ਇੰਟਰਪ੍ਰੈਟ ਕਰਦਾ ਵਾ ਔਨ ਨੈਟ ਤਾਂ ਜੋ ਹਰ ਕੋਈ ਤੁਹਾਡੀ ਕੰਪਨੀ ਦੀ ਬੈਲੈਂਸ ਹਰ ਕੋਈ ਤੁਹਾਡੀ ਕੰਪਨੀ ਦੀ ਖੋਲ ਕੇ ਵੇਖ ਸਕੇ ਕਿ ਤੁਹਾਡੀ ਕੰਪਨੀ ਨੂੰ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ ਸੋ ਦੈਟਸ ਆਲ ਫॉर ਟੁਡੇ ਟੁਮਾਰੋ ਵੀ ਵਿਲ ਡੂ ਬੱਚੇ ਫੀਚਰਸ ਆਫ ਅਕਾਊਂਟਿੰਗ ਠੀਕ ਹੈ ਦੈਟਸ ਆਲ ਫॉर ਟੁਡੇ